This is only for shoes. यार बीर भाई आ की गल हुई जान दे जा ओ तेरी कुछ आवे की पिंदे ने कड़ी नत्तरां दी बैरियां दा साल आ गया हट पिछे हट ताली आल आ गया संदीप इनू अगे रख देना हैना इनू अगे रख देने हेलो जी की हाल चाल मैं ताड़ा अपना हरपाल तालीवाल ते तुसी अपने संदीप सिंह घूमन जी ते संगतां तैयार श्यार होके बराते चलियां यार अज अजे दी भैन दा विआह वा ते मतलब साडी वी भैन दा विआह वा ते वीर भाई ते सवेर दे उत्थे पहुंचे पए ने लगे पए ने अहीं चलियां वीर भाई दे घर पहलां उहनां दे ब्रदर जोबन भाई नूं चुकांगे ते आंटी जी नूं चुकांगे फिर अहीं विआह ते पहुंचांगे ते अहीं अज अपना समान वी रख लिया डिग्गी च अज अहीं अमृतसर तों फाइनली वापसी करांगे ਹੁਣ ਨੈਕਸਟ ਟਾਈਮ ਅਸੀਂ ਆਵਾਂਗੇ 10-15 ਦਿਨਾਂ ਬਾਅਦ ਹੈ ਸੰਦੀਪ ਜੀ ਕੰਮ ਕੁੰਮ ਨਿਬੇੜ ਕੇ ਆਪਣੇ ਉੱਧਰ ਜਿਹੜੇ 2-4 ਵਿਆਹ ਸ਼ਾਦੀਆਂ ਨਾਲੇ ਅਤੇ ਸਾਰੇ ਕੰਮ ਕੁੰਮ ਨਿਬੇੜ ਕੇ ਆਵਾਂਗੇ ਫਿਲਹਾਲ ਵੀ ਆਰ ਟੂ ਲੇਟ ਇਟਸ ਔਲਰੇਡੀ 12:23 ਆਂਟੀ ਕੱਲ੍ਹ ਨੂੰ ਕਹਿੰਦੀ ਸੀ ਸਵੇਰੇ 5-6 ਵਜੇ ਆ ਜਾਇਓ ਯਾਰ ਲੇਟ ਹੋਈ ਜਾਂਦਾ ਹੈ ਵਿੱਚ ਵਿੱਚ ਆਪਣਾ ਚੱਲਦਾ ਰਹਿੰਦਾ ਕੰਮ ਭਾਅ ਜੀ ਫੜੇ ਇੱਕ ਮਿੰਟ ਪਹਿਲੇ ਸਰ ਟੂਟੀ ਬਾਜੂ ਡਾਲੇਂਗੇ ਇੱਕ ਮਿੰਟ ਸਕਰੂ ਟਾਈਟ ਕਰ ਲੈ ਕਿੱਥੇ ਲੱਗੇ ਨਾ ਤੇਰੇ ਸਕਰੂ ਇਹ ਇੱਥੇ ਮੋਢੇ ਦੇ ਤੇ ਇੱਥੇ ਕੋਨੀ ਦੇ ਰਾਤ ਬੜੇ ਰੜਕੇ ਯਾਰ ਉਹ ਹੁਣ ਤੇ ਚਸ਼ਮਾ ਲੋਣਾ ਪੈਣਾ ਹੈ ਪਰ ਥੋੜੀ ਦੇ ਲਾ ਲਈਏ ਜੇ ਕਹਿੰਦੇ ਤੁਹਾਨੂੰ ਵਿਆਹ ਤੇ ਸਾਦੀ ਲਿਆ ਤੇ ਥੋੜੀ ਜੀ ਤੇ ਬੰਦੇ ਨੂੰ ਸ਼ਰਮ ਹੁੰਦੀ ਹੈ ਅਸੀਂ ਤੁਹਾਨੂੰ ਛੱਡਿਆ ਵਾ ਤੂੰ ਹੀ ਨਹੀਂ ਦਿੱਤਿਆ ਤੂੰ ਹੀ ਨਹੀਂ ਦਿੱਤਿਆ ਐਂਟਰ ਹੁੰਦੇ ਗੋਲ ਗੱਪੇ ਪਈ ਇੱਕ ਚਾਟ ਲਾਇਓ ਚਾਟ ਲਾਇਆ ਕੋਈ ਚਾਟ ਨਹੀਂ ਆ ਨਹੀਂ ਇਹ ਚਾਟ ਬਾਜੀ ਜੋ ਚਾਟ ਬਾਹਰ ਹੈ हाथ तू दो ने फड़ के तोड़ दा ਵੀਰ ਭਾਈ ਅੱਜ ਛੋਟੇ ਪੈ ਗਏ ਤੁਸੀਂ ਵੀ ਇਹਨੇ ਜ਼ਿਆਦਾ ਸਮਾਨ ਇਕੱਠਾ ਕਰ ਲੈਣਾ ਜੀ ਬਸ ਹੁਣ ਆਪਾਂ 5 ਵਜੇ ਚੱਲੇ ਨੇ ਅਤੇ ਆਪਾਂ ਸਮਾਨ ਸ਼ਿਫਟ ਕਰਕੇ ਆਪਣੀ ਗੱਡੀ 'ਚ ਰੱਖਣ ਲੱਗੇ ਹਾਂ ਅਤੇ ਬਸ ਫਿਰ ਯਾਰ ਇੱਧਰੋਂ ਨਿਕਲੀਏ ਸਿੱਧਾ ਘਰ ਜਾਣ ਦਾ ਪਲੈਨ ਹੈ ਕਿਉਂਕਿ ਕੱਲ੍ਹ ਜਿਹੜਾ ਵਾ ਖਾਸ ਪ੍ਰੋਗਰਾਮ ਹੈ ਆਪਣੇ ਉੱਥੇ ਵੀ ਪਹਿਲਾਂ ਸਮਾਨ ਰੱਖੀਏ ਅਜੇ ਗੱਲ ਸੁੱਜਣ ਨਹੀਂ ਡਈ ਆ ਜਾ ਆ ਜਾ ਆ ਜਾ ਅਗਲੀ ਵਾਰ ਯਾਰ ਇੱਦਾਂ ਦੇ ਤੇ ਹਾਂ ਆ ਤਿੰਨ ਟੱਚ ਲੈਣੇ ਹਾਂ ਜੇ ਪਤਾ ਅਗਲੀ ਵਾਰ ਲੈ ਗਏ ਇਹਨੇ ਕੱਪੜੇ ਤੇਰੇ ਪੈ ਕਿਉਂ ਨਾ ਲੈ ਅਗਲੀ ਵਾਰੀ ਤੇ ਮੇਰੇ ਇੰਨੇ ਕੱਪੜੇ ਤੇ ਹੋਣੇ ਹੀ ਆ ਆ ਬੈ ਕਿਹਦਾ ਵਾ ਆ ਕੀ ਆ ਥਿਸ ਇਜ਼ ਓਨਲੀ ਫॉर ਸ਼ੂਜ਼ ਯਾਰ ਵੀਰ ਭਾਈ ਆ ਕੀ ਗੱਲ ਹੋਈ ਕੱਪੜਿਆਂ ਨੂੰ ਲੈ ਕੇ ਹਿੰਜ ਕਰੋਗੇ ਇੱਕ ਵਾਰੀ ਗੱਡੀ ਹੁਣ ਸੰਦੀਪ ਜੀ ਤੋੜ ਦੋ ਆਪਾਂ ਨਿਕਲੀਏ ਕਿਸੇ ਤਰੀਕੇ ਨਾਲ ਗਰਮੀ ਲੱਗਣ ਦੀ ਹੈ ਮੈਂ ਗਾਣੇ ਲਾਉਣਾ ਤੁਸੀਂ ਚਲੋ 5 ਵਜੇ ਪੂਰਾ ਇੱਥੋਂ ਨਿਕਲ ਲੱਗੇ ਆ
ਇਸ ਹਿਸਾਬ ਨਾਲ ਆਪਾਂ ਪਹੁੰਚਾਂਗੇ 2 ਵਜੇ, ਅਸੀਂ 9 ਘੰਟਿਆਂ 'ਚ ਆਏ ਹਾਂ ਅਤੇ ਇਸ ਹਿਸਾਬ ਨਾਲ 9 ਘੰਟਿਆਂ 'ਚ ਅਸੀਂ ਪਹੁੰਚਾਂਗੇ 2 ਵਜੇ, 2 ਵਜੇ ਗੁੱਡ ਆ, 2 ਵਜੇ ਜਾ ਕੇ ਨੀਂਦਾਂ ਪੂਰੀਆਂ ਕਰਕੇ ਕੱਲ੍ਹ ਨੂੰ ਫਿਰ ਯਾਰ ਜ਼ਰੂਰੀ ਪ੍ਰੋਗਰਾਮ ਹੈ ਉਹ ਵੀ ਅਟੈਂਡ ਕਰਨਾ ਹੈ ਤਾਂ ਅਸੀਂ ਨਿਕਲਣ ਲੱਗੇ ਹਾਂ, ਕੰਮ ਸਾਰੇ ਜ਼ਰੂਰੀ ਨੇ, ਅਸੀਂ ਤੁਹਾਨੂੰ ਪਤਾ ਫਜ਼ੂਲ ਘੁੰਮਦੇ ਹੀ ਨੀਗੇ, ਬੜੇ ਆਗਿਆਕਾਰੀ ਸੰਸਕਾਰੀ ਅਤੇ ਅਭਿਆਰੀ ਕੀ ਹੁੰਦਾ ਹੈ, ਮਤਲਬ ਇੱਦਾਂ ਦੇ 2-3 ਘੰਟੇ ਜਿਹੜੇ ਸ਼ਬਦ ਉਹ ਆਪਣੇ ਲਈ ਬਣੇ ਨੇ, ਫਿਲਹਾਲ ਗਰਮੀ ਲੱਗ ਰਹੀ ਹੈ ਬਾਈ। ਹਾਂਜੀ ਕਿੰਨੇ ਕਿੰਨੇ ਦੇ ਗਲਾਸ ਨੇ? 40 ਵਾਲਾ ਦੇ ਦਿਓ, 2 ਗਲਾਸ ਵਧੀਆ ਕਰਕੇ ਛਾਨੇ ਹੋਣਾ, ਠੀਕ ਹੈ? ਹਾਂਜੀ ਛਾਨਣਾ ਨੀਗਾ। ਹਾਂ ਹਾਂ ਮੈਂ ਡੋਲ ਦਿੰਦਾ ਯਾਰ। ਵਾਹ ਪਹਿਲਾ ਟੋਲ ਆ ਗਿਆ ਹੈ। ਸੰਦੀਪ ਜੀ ਥੋੜਾ ਜਿਹਾ ਰੈਸਟ ਲੈ ਰਹੇ ਨੇ, ਸੰਦੀਪ ਜੀ ਕਹਿ ਰਹੇ ਨੇ ਮੈਂ ਥੱਕ ਗਿਆ ਹੈ, ਤੁਸੀਂ 1-2 ਘੰਟਾ ਕਮਾਨ ਸੰਭਾਲੋ ਅਤੇ ਮੈਂ ਰਾਤ ਨੂੰ ਕਮਾਨ ਸੰਭਾਲਾਂਗਾ। ਮੈਂ ਕਿਹਾ ਕੋਈ ਚੱਕਰ ਨਹੀਂ, ਜਿੰਨਾ ਸੋਣਾ ਸੋ ਲਓ, ਤੁਸੀਂ ਰੈਸਟ ਕਰ ਲਓ, ਬਾਅਦ 'ਚ ਚੇਂਜ ਕਰਦੇ ਰਹਾਂਗੇ ਜਿੱਦਾਂ ਜਿਹਦਾ ਮਨ ਕੀਤਾ ਯਾਰ। ਹੁਣ ਰੁਕ ਕੇ ਚਾਹ ਪੀਵਾਂਗੇ ਅਤੇ ਡਰਾਈਵਰ ਚੇਂਜ ਹੋਊਗਾ। ਬਾਹਰ ਵਾਲੀ ਤੁਹਾਡੇ ਕੋਲ, ਅੰਦਰ ਵਾਲੀ ਅਸਾਂ ਦੇ ਕੋਲ, 2 ਚਾਹਾਂ ਸਪੈਸ਼ਲ ਆ ਜਾਣ। ਗੱਡੀ 'ਚ ਨਹੀਂ ਪਤਾ ਲੱਗਦਾ, ਬਾਹਰ ਠੰਡ ਹੈ। ਪੀਨਟ ਲੈ ਕੇ ਆਏ ਨਾ ਚਾਹ ਨਾਲ, ਚਾਹ ਪੀ ਕੇ ਐਨਰਜੀ ਆ ਗਈ ਹੈ। ਹੁਣ ਗੱਡੀ ਜਿਹੜਾ ਸੰਦੀਪ ਜੀ ਕਮਾਨ ਸੰਭਾਲਣਗੇ, ਪੂਰੀ ਤਿਆਰੀ 'ਚ। ਚਲੋ ਗਾਣੇ ਦੀ ਜ਼ਿੰਮੇਵਾਰੀ ਆਪਣੀ ਹੈ, ਤੁਹਾਨੂੰ ਪਤਾ ਹੀ ਹਮੇਸ਼ਾ ਦੀ ਤਰ੍ਹਾਂ ਗਾਣੇ ਚੱਕ ਲਓ। ਮੇਰੀ ਵਾਰੀ ਸੌਂ ਗਏ ਹੋ ਤੁਸੀਂ? ਅਰੇ ਯਾਰ ਸਿਰ ਭੀੜ ਬਹੁਤ ਹੁੰਦੀ ਪਈ ਸੀ, ਹੁਣ ਸੈੱਟ ਹੋਣਾ, ਹੁਣ ਬੈਟਰੀ ਚਾਰਜ ਹੋ ਗਈ, ਹੁਣ ਗੱਲਾਂ ਮਾਰਾਂਗੇ, ਸਭ ਕੁਝ ਕਰਾਂਗੇ। ਹੁਣ ਸਭ ਕੁਛ ਜੋ ਤੁਸੀਂ ਕਹੋਗੇ, ਜੋ ਮੈਂ ਕਹਾਂਗਾ ਉਹ ਕਰਾਂਗੇ, ਤੁਹਾਡੀ ਹਰ ਗੱਲ ਮੰਨਾਂਗਾ। ਟਾਈਮ 7:45, ਆਪਾਂ ਫਗਵਾੜਾ ਕ੍ਰੋਸ ਕਰ ਚੁੱਕੇ ਹਾਂ, 2-3 ਰਾਤ ਦੇ ਵੱਜਣੇ ਨੇ। ਜੇ ਧੁੰਦ ਨਾ ਮਿਲੀ ਤੇ ਟਾਈਮ ਨਾ, ਜੇ ਧੁੰਦ ਮਿਲ ਗਈ ਤੇ 4। ਬੜਾ ਹੈ ਮੈਨ, ਆ ਜਾਓ। ਥੋੜਾ ਜਿਹਾ ਥੱਕ ਗਏ ਸੀ, ਫਿਰ ਅਸੀਂ ਸੋਚਿਆ ਡਿਨਰ ਕਰੀਏ ਨਾ ਕਰੀਏ, ਫਿਰ ਅਸੀਂ ਹਲਕਾ ਜਿਹਾ ਸਮਾਨ ਲੈ ਲਿਆ ਕਿ 2-4 ਘੰਟੇ ਕੱਢਦੇ ਹਾਂ। ਵੈਸੇ ਤੇ ਇੱਥੋਂ 300 ਕਿਲੋਮੀਟਰ ਬਚਿਆ ਹੈ, ਮਤਲਬ ਮੋਟਾ ਮੋਟਾ 5 ਆਵਰਸ ਦੇਖਦੇ ਹਾਂ। ਅਜੇ ਟਾਈਮ ਕਿੰਨਾ ਹੋ ਗਿਆ ਹੈ? 11:30 ਹੋ ਗਏ ਨੇ। ਲਾ ਲਓ ਤੁਸੀਂ 4:30 ਤੱਕ, ਇੰਨਾ ਦੇ ਹਿਸਾਬ ਨਾਲ ਪਹੁੰਚ ਜਾਵਾਂਗੇ। ਥੋੜ੍ਹਾ ਟਾਈਮ ਹੋਰ ਕੱਢਦੇ ਹਾਂ, ਰਾਤ 'ਚ ਖਾਵਾਂਗੇ, ਭੁੱਖ ਲੱਗੂਗੀ। ਤਾਂ ਇੱਥੋਂ ਕੋਲ 1 ਘੰਟੇ 22 ਮਿੰਟ ਦਾ ਰਾਹ ਬਚਿਆ ਸੀ ਅਤੇ ਸਾਰੇ ਹਾਈਵੇ 'ਤੇ ਯੂ ਟਰਨ ਲਈ ਜਾਂਦੇ ਆ। ਅੱਗੋਂ ਤੱਕ ਵੇਖਣ ਜਾਓਗੇ ਤੁਸੀਂ? ਅੱਗੋਂ ਤੱਕ ਹੀ ਵੇਖਣ, ਮੈਂ ਪਾ ਲਈ ਥੱਲੇ ਇੱਧਰੋਂ ਪਾ ਦੇ। ਹਾਂ ਪਾ ਦੇ, ਵੇਖੀ ਹੈਗੀ ਅੱਗੋਂ ਕਿਤੇ ਹਾਈਵੇ ਹੋਵੇ ਖਰਾਬ ਹੋਣਾ ਵਾ, ਥੱਲੋਂ ਦੀ ਕੱਢਦੇ ਫਿਰ ਪੈ ਜਾਏਗੀ, ਨਿਕਲ ਜਾਏਗੀ ਇੱਧਰੋਂ ਦੀ। ਕੋਈ ਨਹੀਂ, ਹੌਲੀ ਹੌਲੀ ਕਰਕੇ ਲਾ ਦਾਂਗੇ। ਚੱਲ ਥੋੜ੍ਹਾ ਜਿਹਾ ਜ਼ਿਆਦਾ ਹੈ ਪਰਲੇ ਪਾਸੋਂ, ਪਾ ਦਾ ਗੇਰ ਜਾਂਦੇ ਜਾਂਦੇ ਜਾਂ ਉੱਤੇ ਵੀ ਇੱਧਰ ਹੀ ਲਾ ਭਰਾਵਾ, ਵੇਧਰ ਹੀ ਤੇ ਸਾਈਡ 'ਤੇ ਜਾ, ਚੱਲ ਜਾਂਦੇ। ਜਾਮ ਲੱਗਾ ਪਿਆ ਜੀ, ਵਾਕਿਆ ਯਾਰ ਪੂਰਾ ਜਾਮ ਲੱਗਾ ਜੀ ਉੱਤੇ। ਇਹ ਕਾਹਦਾ ਜਾਮ ਹੋਇਆ? ਇੱਧਰ ਖਾਲੀ ਕੰਮ, ਚਲੋ ਆਪਣਾ ਕੰਮ ਕਾਫੀ ਬਚ ਗਿਆ, ਕਾਫੀ ਹੱਦ ਤੱਕ। ਪਰ ਬੜਾ ਤਕੜਾ ਐਕਸੀਡੈਂਟ ਲੱਗਣ ਡਿਆ, ਇੰਡੀਆ 'ਚ ਇੰਨੀ ਤਕੜੀਆਂ ਲਾਈਟਾਂ ਵਾਲੀਆਂ ਗੱਡੀਆਂ ਕਦੀ ਦੇਖਦੀਆਂ ਨਹੀਂ ਆ। ਅੱਗੇ ਲੈ ਕੇ ਚੱਲ, ਫਿਰ ਅੱਗੇ ਲੈ ਕੇ ਚੱਲੋ, ਪੁਲਿਸ ਵਾਲੇ ਵੇਖਣ ਡੇ ਜੀ। ਦਿਸਵਨੀ ਸੌਕੇ, ਦਿਸਵਨੀ ਸੌਕੇ, ਬਹੁਤ ਔਖੇ, ਬੜੀ ਠੰਡ ਪੈਣ ਡੀ ਹੈ। ਉੱਥੇ ਮਸਲਾ ਗੰਭੀਰ ਚੱਲਣ ਡਿਆ ਹਾਈਵੇ 'ਤੇ, ਟਰੱਕ ਪਲਟਿਆ ਪਿਆ ਜੀ। ਚੱਲੀਏ ਸੰਦੀਪ, ਆਪਾਂ ਬਾਹਰ ਠੰਡ ਬੜੀ ਹੈ, ਆਪਾਂ ਮਜ਼ੇ ਗਲਤ ਲੈਣ ਲੱਗ ਪਏ, ਘਰ ਲੱਗਿਆ ਕਿ ਇੰਨਾ ਸਫ਼ਰ ਕੱਟਣਾ। ਵੇਖੋ ਵੇਖੋ ਸ਼ਹੀ ਮੈਂ ਰੱਖਾਂ ਜੋ ਵੈਰੀ ਦੇ ਮੂੰਹ ਤੇ ਵਜਾਉਂਦੀਆਂ ਬਾਰੋਂ ਤੱਕ ਤਨ ਹੈ।
3 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਗਿਆ 8 ਮਿੰਟ ਰਹਿ ਗਏ 3 ਵਜੇ ਦੇਖਿਓ ਘਰੇ ਆਉਂਦੇ ਠੰਡ ਲੱਗਣ ਲੱਗ ਪਈ ਆਜੋ ਆਜੋ ਲੋਕੀ ਉੱਠਣ ਲੱਗ ਪਏ ਆਪਾਂ ਸੌਣ ਚੱਲੇ ਥੋੜ੍ਹੀ ਦੇਰ ਰੀਲ ਕੱਟ ਚਲਾ ਲਓ ਹੁਣ ਸੌਂ ਜਾਈਏ ਨੀਂਦ ਆ ਰਹੀ ਹੈ ਬਹੁਤ ਜ਼ਿਆਦਾ ਥੱਕ ਗਏ ਹਾਂ ਕਿਉਂਕਿ ਬਹੁਤ ਲੰਮਾ ਸਫ਼ਰ ਕਵਰ ਕੀਤਾ 10 ਘੰਟੇ ਲਾ ਲਓ ਵਿੱਚ ਮੁਸ਼ਕਲ ਨਾਲ 10-15 ਮਿੰਟ ਦੀਆਂ 2-3 ਬ੍ਰੇਕਾਂ ਲਈਆਂ ਹੋਣੀਆਂ ਅਰਕਾਂ ਅਤੇ ਜਾਮ ਵੀ ਬਹੁਤ ਮਿਲਿਆ ਚਲੋ ਵਿਦ ਦਾ ਗ੍ਰੇਸ ਆਫ ਗੋਡ ਆਪਾਂ ਫਾਈਨਲੀ ਸੇਫ ਬੈਕ ਹੋਮ ਇੰਨਾ ਬਹੁਤ ਆ ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਫੇਸਬੁੱਕ 'ਤੇ ਹੋ ਅਤੇ ਲਾਈਕ ਹੁੰਦਾ ਫੋਲੋ ਹੁੰਦਾ ਉਹ ਕਰ ਦਿਉ ਕਮੈਂਟ ਹੁੰਦਾ ਸ਼ੇਅਰ ਹੁੰਦਾ ਉਹ ਕਰ ਦਿਉ ਯੂਟਿਊਬ 'ਤੇ ਹੋ ਸਬਸਕ੍ਰਾਈਬ ਕਰੋ ਲਾਈਕ ਕਰਦਾ ਕਮੈਂਟ ਕਰ ਦਿਉ ਅਤੇ ਕਰ ਦਿਉ ਯਾਰ ਮਿਲਦੇ ਅਗਲੇ ਵਲੋਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ